ਸਾਲ ਦਾ ਹੋਵੇਗਾ ਉਹਨੂੰ ਇੱਕ ਸਾਲ ਵਾਸਤੇ ਪੈਨਸ਼ਨ ਮਿਲੇਗੀ, ਉਸ ਤੋਂ ਬਾਅਦ ਜੈਸੇ ਦੂਸਰਾ ਬੱਚਾ ਆਏਗਾ ਉਹਨੂੰ ਪੈਨਸ਼ਨ ਸਟਾਰਟ ਹੋ ਜਾਏਗੀ, ਉਸ ਤੋਂ ਬਾਅਦ ਤੀਸਰਾ ਬੱਚਾ ਜੈਸੇ ਉਹਦੀ 25 ਸਾਲ ਤੋਂ ਘੱਟ ਹੈ ਉਹਨੂੰ ਮਿਲਣੀ ਸਟਾਰਟ ਹੋ ਜਾਏਗੀ। ਅਤੇ ਲੜਕਾ ਕੋਈ ਵੀ ਹੈ 25 ਸਾਲ ਤੋਂ ਬਾਅਦ ਉਹਨੂੰ ਪੈਨਸ਼ਨ ਨਹੀਂ ਮਿਲੇਗੀ। ਜੇਕਰ ਉਹ ਹੈਂਡੀਕੈਪਟ ਹੈ ਜਾਂ ਫਿਰ ਲੜਕੀ ਜੋ ਹੈ ਵਿਡੋ ਹੋ ਗਈ ਹੈ ਤੁਹਾਡੇ 'ਤੇ ਡਿਪੈਂਡ ਹੈ ਜਾਂ ਮਤਲਬ ਉਹਨੂੰ ਕੋਈ ਇਸ ਤਰ੍ਹਾਂ ਦੀ ਬਿਮਾਰੀ ਹੈ, ਮਤਲਬ ਉਹਨੂੰ ਫਾਰ ਐਵਰ ਜਦ ਤੱਕ ਉਹ ਜਿੰਦੀ ਰਹੇਗੀ ਤਦ ਤੱਕ ਉਹਨੂੰ ਪੈਨਸ਼ਨ ਮਿਲਦੀ ਰਹੇਗੀ, ਠੀਕ ਹੈ। ਤੋ ਜਿਸਦੀ ਵੀ ਏਜ 25 ਸਾਲ ਤੋਂ ਉੱਪਰ ਹੋ ਜਾਂਦੀ ਹੈ ਬੱਚੇ ਦੀ ਉਹਨੂੰ ਪੈਨਸ਼ਨ ਨਹੀਂ ਮਿਲਦੀ। ਤੋ ਐਵੇਂ ਇੱਥੇ ਪੈਸੇ ਨਾ ਬਰਬਾਦ ਕਰਿਓ ਨਾ ਹੀ ਕਿਸੇ ਦੇ ਚੱਕਰਾਂ 'ਚ ਆਇਓ। ਕੋਈ ਵੀ ਲੜਕੀ ਹੈ ਜਿਸਦੀ ਉਹ ਡਿਸਆਰਡਰ ਹੈ, ਕਹਿੰਦੇ ਪਾਗਲ ਹੈ ਜਾਂ ਕੁਛ ਕੋਈ ਵੀ ਉਹਨੂੰ ਬਿਮਾਰੀ ਹੈ, ਅਨਮੈਰਿਡ ਹੈ, ਉਹਨੂੰ ਜਦ ਤੱਕ ਉਹ ਜੀਵਿਤ ਮਿਲਦੀ ਰਹੇਗੀ। ਬਾਕੀ ਕੋਈ ਵੀ ਬੱਚਾ 25 ਸਾਲ ਤੋਂ ਬਾਅਦ ਉਹਨੂੰ ਪੈਨਸ਼ਨ ਨਹੀਂ ਮਿਲਦੀ, ਇਹ ਚੀਜ਼ਾਂ ਦਾ ਖਿਆਲ ਰੱਖਿਓ। ਜੇ ਕੋਈ ਸਰ ਹੈਂਡੀਕੈਪਟ ਬੇਟਾ ਹੈ, ਹਾਂ ਉਹ ਅਲੱਗ ਹੈ, ਉਹ ਤਾਂ ਮੈਂ ਦੱਸਤਾ ਨਾ ਪਹਿਲੇ, ਹੈਂਡੀਕੈਪਟ ਨੂੰ ਮਿਲੇਗਾ, ਹੈਂਡੀਕੈਪ ਉਹ ਤਾਂ ਅਲੱਗ ਇਸ਼ੂ ਹੈ, ਓਕੇ, ਉਹ ਤਾਂ ਮਿਲਦੀ ਰਹੇਗੀ। ਲੇਕਿਨ ਉਹਦਾ ਵੀ ਇਸ ਤਰ੍ਹਾਂ ਕਰਨਾ ਕੋਈ ਉਹਦਾ ਕਮ ਸੇ ਕਮ ਜੋ ਹੈ ਇੱਕ ਡਿਟੇਲ ਜੋ ਫੈਮਿਲੀ ਮੈਂਬਰ ਆਪਾਂ ਨੋਮੀਨੇਸ਼ਨ ਫਾਰਮ ਭਰਦੇ ਹਾਂ ਜਦ ਤੱਕ ਜਦ ਉਹ ਰਿਟਾਇਰ ਜਾਂਦੇ ਹੈ ਜਾਂ ਰਿਟਾਇਰਮੈਂਟ ਤੋਂ ਪਹਿਲੇ ਉਹ ਫੈਮਿਲੀ ਦਾ ਪੂਰਾ ਵੇਰਵਾ ਦਿੰਦੇ ਹੈ ਵੀ ਮੇਰੀ ਫੈਮਿਲੀ ਇਹ ਹੈ, ਇਹਦੀ ਏਜ ਹੈ, ਅਤੇ ਉਸ ਬੇਸ 'ਤੇ ਉਹਦਾ ਨਾਮ ਵੀ ਹੋਣਾ ਜ਼ਰੂਰੀ ਹੈ। ਤਾਂ ਇੱਕ ਤਾਂ ਮੈਨੂੰ ਇਹ ਗੱਲ ਕਦੇ ਚੰਗਾ ਨਹੀਂ ਲੱਗਦਾ, ਕਈ ਬੰਦੇ ਰਿਟਾਇਰ ਹੋ ਜਾਂਦੇ ਆ ਸਾਡੇ ਕਾਗਜ਼ਾਂ ਵਿੱਚ ਉਹਦਾ ਨਾਮ ਨਹੀਂ ਹੁੰਦਾ ਪੈਨਸ਼ਨ ਦਾ, ਕਈ ਬੱਚੇ 20-25 ਸਾਲ ਬਾਅਦ ਵੀ ਮੈਰਿਜ ਤੋਂ ਪਹਿਲਾਂ ਹੁੰਦੇ ਰਿਟਾਇਰ, ਇੱਕ ਦੋ ਕੇਸ ਵੀ ਆ ਗਏ। ਅਤੇ ਉਹ ਵੀ ਇੱਦਾਂ ਦਾ ਕੋਈ ਕੇਸ ਹੋਵੇ ਤਾਂ ਸਾਡੇ ਪਾਸ ਜ਼ਰੂਰ ਉਹਦੀ ਇੰਟੀਮੇਸ਼ਨ ਦਿਆ ਕਰੋ ਵੀ ਰਿਟਾਇਰਮੈਂਟ ਕੇ ਬਾਅਦ ਮੇਰਾ ਇਹ ਬੱਚਾ ਪੈਦਾ ਹੋਇਆ ਜਾਂ ਕੁਛ ਵੀ ਹੈ। ਅੱਜ ਕੱਲ੍ਹ ਆਮ ਹੈ 20 ਸਾਲ ਤੋਂ ਬਾਅਦ ਰਿਟਾਇਰ ਹੋ ਰਹੇ ਹੈ, ਕਿਉਂਕਿ 10 ਕੁ ਸਾਲ ਤੋਂ ਬਾਅਦ ਤਾਂ ਉਹ ਸ਼ਾਦੀ ਕਰਵਾਉਂਦੇ ਹੈ, 10 ਸਾਲ ਤੱਕ ਸਡੈਸੀ ਹੋ ਜਾਂਦੀ ਹੈ। ਹੁਣ ਵੀ ਮੈਂ ਤਿੰਨ ਚਾਰ ਪੀਏ ਚੈੱਕ ਕੀਤੇ, ਕੱਲ੍ਹ ਤਾਂ ਬੱਚਿਆਂ ਦੀ ਏਜ ਕਿਹਦੀ 3 ਸਾਲ ਹੈ, ਕਿਹਦੀ 4 ਸਾਲ ਹੈ, ਰਿਟਾਇਰਮੈਂਟ ਲੈ ਗਈ 20 ਸਾਲ ਤੋਂ ਕਰੈਕਟ। ਤੋ ਕੋਈ ਇਸ ਤਰ੍ਹਾਂ ਦਾ ਕੇਸ ਵੀ ਹੋਵੇ ਤਾਂ ਉਹ ਵੀ ਆਪ ਨਾ ਮਤਲਬ ਵੀ ਡਿਪਾਰਟਮੈਂਟ ਨੂੰ ਜਿੱਥੋਂ ਰਿਟਾਇਰ ਹੋਏ ਵੀ ਮੇਰਾ ਆਹ ਬੱਚਾ ਰਿਟਾਇਰਮੈਂਟ ਤੋਂ ਬਾਅਦ ਪੈਦਾ ਹੋਇਆ ਉਹਦੀ ਇੰਟੀਮੇਸ਼ਨ ਜ਼ਰੂਰ ਦਿਓ। ਇਹ ਛੋਟੀ ਛੋਟੀਆਂ ਚੀਜ਼ਾਂ ਜੋ ਹੈ ਖਿਆਲ ਰੱਖਣੇ ਵਾਲੀਆਂ। ਇੱਕ ਮੇਰੇ ਪਾਸ ਕੇਸ ਆਇਆ, ਉਹਨਾਂ ਦੀ ਕੋਈ ਇਸ਼ੂ ਨਹੀਂ ਸੀ, ਕੋਈ ਇਸ਼ੂ ਨਹੀਂ ਸੀ, ਪਹਿਲੇ ਮਤਲਬ ਵੀ ਖੁਦ ਖਤਮ ਹੋ ਗਏ, ਫਿਰ ਉਹ ਘਰ ਵਾਲੀ ਵੀ ਖਤਮ ਹੋ ਗਈ, ਉਸ ਤੋਂ ਬਾਅਦ ਸਰਪੰਚ ਦੇ ਕੇ ਸਰਟੀਫਿਕੇਟ ਲੈ ਕੇ ਆ ਗਏ, ਮੈਂ ਤਹਿਸੀਲਦਾਰ ਕੋਈ ਨਹੀਂ, ਇਹ ਇੱਕ ਦਿਨ ਉਹ ਅਡੋਪਟ ਕੀਤਾ ਹੋਇਆ। ਹੁਣ ਜਿਹੜੇ 34 ਸਾਲ ਵਿੱਚ ਨਹੀਂ ਅਡੋਪਟ ਕੀਤਾ, ਉਸ ਤੋਂ ਬਾਅਦ ਕੋਈ ਵੀ ਅਡੋਪਟ ਬੱਚਾ ਕਰਨਾ ਉਹ 5 ਸਾਲ ਤੋਂ ਥੱਲੇ ਚਾਹੀਦਾ, ਨਾ ਕਿ ਉਹ ਪਲੱਸ ਨੂੰ ਪੜਿਆ ਹੋਵੇ, ਉਹ ਅਡੋਪਸ਼ਨ ਵਿੱਚ ਨਹੀਂ ਆਉਂਦਾ। ਉਹ ਕੱਲ੍ਹ ਹੀ ਕਈ ਕੇਸ ਨੂੰ ਵਾਪਸ ਕੀਤਾ ਸੀਗਾ ਵੀ ਇਹ ਗਲਤ ਹੈ, ਤੁਸੀਂ ਐਵੇਂ ਨੇ ਪੈਸੇ ਬਰਬਾਦ ਕਰੋ, ਰੂਲ ਪੜਿਆ ਕਰੋ, ਰੂਲ ਜਦ ਕਰ ਦੋ 5 ਸਾਲ ਤੋਂ ਛੋਟਾ ਬੱਚਾ ਜੋ ਇਸ਼ੂ ਲੈਸ ਕੋਈ ਵੀ ਕਿਸੇ ਕੀ ਫੈਮਿਲੀ ਨਹੀਂ ਹੈ ਉਹ ਅਡੋਪਟ ਕਰ ਸਕਦਾ। ਉਹਦਾ ਵੀ ਸ਼ਰਤਾਂ, ਇੱਕ ਮਤਲਬ ਵੀ ਜੈਂਟਸ ਜੋ ਹੈ ਲੜਕੀ ਕੋ ਅਡੋਪਟ ਨਹੀਂ ਕਰ ਸਕਦਾ, ਜੋ ਫੀਮੇਲ ਹੈ ਉਹ ਫੀਮੇਲ ਕੋ ਅਡੋਪਟ ਨਹੀਂ ਕਰ ਸਕਦੀ। ਇਹ ਚੀਜ਼ਾਂ ਦਾ ਵੀ ਇੱਕ ਦੋ ਕੇਸ ਸਾਡੇ ਸਾਹਮਣੇ ਆਏ, ਇਹਨੀ ਕਿਸੇ ਦੇ ਚੱਕਰਾਂ 'ਚ ਲਾਇਆ ਕਰੋ, ਇਹਦੇ ਵਿੱਚ ਬੰਦਾ ਫੋਰ ਪ੍ਰਿੰਟੀ ਹੋ ਜਾਂਦਾ, ਅਤੇ ਸਾਨੂੰ ਵੀ ਸਹਾਨੂੰ ਵੀ ਨਹੀਂ ਆਉਂਦੀ ਹੈ ਵੀ ਦੱਸੋ ਕੁੜੀ ਹੋ ਗਈ 22 ਸਾਲ ਦੀ ਤਾਂ ਅਡੋਪਟ ਹੁਣ ਕਰ ਰਹੇ ਹੈ।
ਛੋਟੀਆਂ ਗੱਲਾਂ ਜੋ ਹੈ ਇਹਨਾਂ ਦਾ ਖਿਆਲ ਰੱਖੋ ਪਲੀਜ਼, ਜਿਹਦੇ ਕਾਰਨ ਤੁਹਾਡੀ ਵੀ ਕਈ ਲੋਕ ਮੈਂ ਇੱਥੇ ਹੀ ਤੁਹਾਡੇ ਵਿੱਚ ਬੈਠੇ ਸੁਣਿਆ ਉਹ ਯਾਰ ਮੈਂ 10,000 ਦੇ ਮਾਰੇ ਇੱਥੇ ਆਉਣਾ, ਠੀਕ ਹੈ ਬੇਟਾ ਸ਼ਹੀਦ ਹੋਇਆ ਜਾਂ ਗਰਭਵਤੀ ਸ਼ਹੀਦ ਹੋਇਆ, ਉਹਨੂੰ ਤੁਸੀਂ ਉਹਦੀ ਪੈਸਿਆਂ ਨਾਲ ਤੁਲਨਾ ਨਾ ਕਰੋ। ਉਹਦੇ ਸ਼ਹੀਦ ਹੋਣ ਦੇ ਵਾਸਤੇ ਮਤਲਬ 13,000 ਦੀ ਜਾਂ 15,000 ਪੈਨਸ਼ਨ ਮਿਲ ਰਹੀ ਹੈ, ਉਹ ਤੁਹਾਨੂੰ ਪੈਨਸ਼ਨ ਨਹੀਂ ਮਿਲ ਰਿਹਾ, ਖੂਨ ਮਿਲ ਰਿਹਾ ਤੁਹਾਨੂੰ। ਮੈਂ ਇੱਥੇ ਬੈਠੇ ਹੋਏ ਸੁਣਿਆ, ਮੈਨੂੰ ਦੁੱਖ ਹੋਇਆ ਬਹੁਤ ਜ਼ਿਆਦਾ, ਤਾਂ ਫਿਰ ਮੈਂ ਉੱਠ ਕੇ ਇੱਥੋਂ ਚਲੇ ਗਿਆ। ਮੈਂ ਯਾਰ ਇਹਨਾਂ ਦੀ ਮੈਂ ਅਟੈਂਡ ਕਰਾਂਗਾ, ਮੈਂ ਵੀ ਇੱਕ ਸ਼ਹੀਦ ਦਾ ਬੇਟਾ ਹੈ, ਮੈਂ ਵੀ ਕੰਪੈਟੀਟਿਵ ਗਰਾਊਂਡ 'ਤੇ ਭਰਤੀ ਹੈ ਕਿ ਮੈਂ ਕਲਾਸ ਮੈਂ ਨਫਸਰ ਹਾਂ, ਪਰ ਇਸ ਤਰ੍ਹਾਂ ਦੀ ਗੱਲਾਂ ਨਾ ਕਰਿਆ ਕਰੋ। ਮੈਂ ਦੋ ਕੁ ਬੰਦਿਆਂ ਤੋਂ ਕਿਸੇ ਮੈਂ ਗੱਲਾਂ ਸੁਣੀਆਂ, ਮੈਨੂੰ ਬੜਾ ਦੁੱਖ ਹੋਇਆ ਯਾਰ। ਮੈਂ 15,000 ਦੇ ਮਾਰੇ ਇੱਥੇ ਬੈਠਾ, ਇਹ ਜੋ ਪੈਸੇ ਮਿਲ ਰਹੇ ਬੱਚਿਆਂ ਦੇ ਚੱਕਰ ਵਿੱਚ ਨਾ ਆਓ ਪਲੀਜ਼। ਜਿਹੜੇ ਤੁਹਾਨੂੰ ਪੇਰੈਂਟਸ ਤੋਂ ਵੀ 15,000-16,000 ਮਿਲ ਰਿਹਾ, ਮੈਂ ਬੱਚੇ ਮੇਰੇ 1.5 ਲੱਖ ਕਮਾ ਰਿਹਾ, 2 ਲੱਖ ਕਮਾ ਰਿਹਾ, ਇਸ ਕਰਕੇ ਆਪਣਾ ਡਾਕੂਮੈਂਟ ਕਦੀ ਨਾ ਚੇਂਜ ਕਰੋ, ਕਦੀ ਨਾ ਚੇਂਜ ਕਰੋ। ਔਰ ਸੈਕੰਡਲੀ, ਜਿਹਨੂੰ ਕੋ PPMG ਮਿਲਿਆ ਹੋਇਆ, ਮੇਰੇ ਨਾਲ ਖੁਦ ਐਸੇ ਹੋਇਆ, ਜਿਹਨੂੰ ਕੋ PPMG ਮਿਲਿਆ ਹੁੰਦਾ ਮਰਨ ਉਪਰੰਤ, ਉਹ ਜਦ ਤੱਕ ਵਿਡੋ ਜੀਵਤ ਹੁੰਦੀ ਹੈ ਤਦ ਤੱਕ ਉਹਨੂੰ ਲਾਸਟ ਪੇ ਜੋ ਹੈ ਉਹ ਮਿਲਦੀ ਰਹਿਣੀ। ਐਸੇ ਕੇਸ ਵੀ ਸਾਹਮਣੇ ਆਏ ਆ ਵੀ ਪੈਨਸ਼ਨ ਜੈਸੇ 60 ਸਾਲ ਉਮਰ ਹੋ ਜਾਂਦੀ ਉਹਨਾਂ ਫੈਮਿਲੀ ਪੈਨਸ਼ਨ ਕਰ ਦਿੰਦੇ ਆ, ਲੇਕਿਨ ਉਹ ਲੋਕਾਂ ਨੂੰ ਨੌਲੇਜ ਨਹੀਂ ਹੋਣ ਦੇ ਕਾਰਨ ਕਈ ਡਰਾ ਵੀ ਕਰਦੇ ਰਹਿੰਦੇ। ਸਮਝ ਗਏ ਮੇਰੀ ਗੱਲ? ਇਹਦੇ ਵਿੱਚ ਮੈਂ ਵੀ ਉਹਨਾਂ ਵਿੱਚੋਂ ਹੀ ਹੈ, ਮੇਰੀ ਮਦਰ ਜਦ 60 ਸਾਲ ਉਮਰ ਹੋ ਗਈ ਤਾਂ ਉਹਨਾਂ ਨੇ ਫੈਮਿਲੀ ਪੈਨਸ਼ਨ ਕਰਤੀ, ਫੈਮਿਲੀ ਪੈਨਸ਼ਨ ਕਰਤੀ, ਮੇਰੇ ਕੋਲ ਤਾਂ ਪਤਾ ਤਾਂ। ਫਿਰ ਮੈਂ ਬੈਂਕ 'ਚ ਜਾ ਕੇ ਦੁਬਾਰਾ ਕਾਗਜ਼ ਚੇਂਜ ਕਰਵਾਇਆ ਵੀ ਭਾਈ ਰੂਲ ਤਾਂ ਪੜ੍ਹ ਲਓ ਤੁਸੀਂ ਕੀ ਲਿਖਿਆ ਹੋਇਆ, ਆਮ ਲੋਕਾਂ ਨੂੰ ਇਹ ਚੀਜ਼ਾਂ ਦਾ ਪਤਾ ਨਹੀਂ। ਜਿਹੜੇ ਸ਼ਹੀਦ ਹੋ ਗਏ ਉਹਨਾਂ ਨੂੰ LPA ਮਿਲ ਰਿਹਾ, ਉਹਨੂੰ ਪੈਨਸ਼ਨ ਨਹੀਂ ਹੁੰਦੀ, ਲੇਬਰਾਈਜ਼ਡ ਪੈਨਸ਼ਨਰੀ ਅਵਾਰਡ। ਤਾਂ ਉਹ ਜਦ ਤੱਕ ਵਿਡੋ ਜੀਵਤ ਉਹਨੂੰ ਫੁੱਲ ਮਿਲਦਾ ਰਹਿਣਾ, ਜੇਕਰ ਉਹ ਰੀਮੈਰਿਜ ਕਰਵਾਏਗੀ, ਦੁਬਾਰਾ ਮੈਰਿਜ ਕਰਵਾ ਲਏਗੀ ਤਾਂ ਉਹਨੂੰ ਪੈਨਸ਼ਨ ਮਿਲੇਗੀ, ਫਿਰ ਫੈਮਿਲੀ ਪੈਨਸ਼ਨ। ਇਹ ਚੀਜ਼ਾਂ ਦਾ ਵੀ ਖਿਆਲ ਰੱਖੋ, ਕੋਈ ਐਸਾ ਕੇਸ ਹੈ ਤਾਂ ਆਪਣੀ ਬੈਂਕ ਵਿੱਚ ਦੱਸ ਦੇਣਾ ਜੀ। ਇਹ ਛੋਟੀ ਛੋਟੀ ਚੀਜ਼ਾਂ ਦਾ ਖਿਆਲ ਰੱਖੋ ਕਿ ਇਹਨੂੰ ਮੈਡਲ ਅਲਾਉਂਸ ਨਹੀਂ ਮਿਲ ਰਿਹਾ। ਇੱਕ 1992 'ਚ ਕੋਈ ਖਤਮ ਹੋਇਆ ਜੀ, 2002 ਦੇ ਵਿੱਚ, 2002 ਤੱਕ ਸਾਨੂੰ ਨਹੀਂ ਪਤਾ ਚੱਲਿਆ, 12 ਵਿੱਚ ਪਤਾ ਚੱਲਿਆ ਵੀ ਬਿੱਡੋ ਨੇ ਅੱਜ ਗੱਲ ਕੀਤੀ ਸਰ ਇਹਦਾ ਪੈਸਾ ਵੀ ਮਿਲਦਾ। ਮੈਂ ਕਿਹਾ ਹਾਂ ਮਿਲਦਾ, ਫਿਰ ਅਸੀਂ ਉਹਨੂੰ ਮਤਲਬ ਵੀ ਕਮ ਸੇ ਕਮ ਵੀ ਤੋਂ 20 ਸਾਲ ਦਾ ਉਹਨੂੰ ਅਲਾਉਂਸ ਦਿਲਾਇਆ। ਜਿਹਨੂੰ ਵੀ ਮੈਡਲ ਮਿਲਿਆ ਹੋਇਆ ਚੀਜ਼ ਦਾ ਖਿਆਲ ਰੱਖਿਓ, ਇੱਕ ਪੁਲਿਸ ਮੈਡਲ ਦਾ 2,000 ਰੁਪਿਆ, ਪ੍ਰੈਜੀਡੈਂਟ ਪੁਲਿਸ ਮੈਡਲ ਦਾ 4,000 ਰੁਪਿਆ, ਉਹ ਹਰ ਮਤਲਬ ਕਿ 10 ਸਾਲ ਤੋਂ ਬਾਅਦ ਉਹਦੇ ਰੇਟ ਰਿਵਾਈਜ਼ ਹੋ ਜਾਂਦੇ, ਡਬਲ ਹੋ ਜਾਂਦਾ। ਤਾਂ ਕਈਆਂ ਨੂੰ ਅਜੇ ਵੀ 6th ਪੇ ਕਮਿਸ਼ਨ ਦਾ ਮੇਰੇ ਕੋਲ ਲੱਗਦਾ 2,000 ਰੁਪਇਆ ਮਿਲਦਾ ਹੋਵੇ, ਉਹਨਾਂ ਨੂੰ 4 ਮਿਲਣਾ। ਤਾਂ ਦੇ ਚੱਕਰ ਦੇ ਵਿੱਚ ਤੁਸੀਂ ਆਪਣੀ ਜ਼ਿੰਦਗੀ ਖਰਾਬ ਕਰ ਰਹੇ ਸਾਰੇ। ਅਜੇ ਮੈਂ 6 ਡਾਕੂਮੈਂਟ ਦੇਖੇ ਟੋਟਲ, ਪੇਰੈਂਟਸ ਦਾ ਕਦੀ ਵੀ ਨਾਮ ਬੱਚਿਆਂ ਦੇ ਐਜੂਕੇਸ਼ਨ ਸਰਟੀਫਿਕੇਟ ਦੇ ਬੇਸ ਤੇ ਕਦੀ ਚੇਂਜ ਨਹੀਂ ਹੁੰਦਾ ਪੇਰੈਂਟਸ ਦਾ ਨਾਮ, ਉਹਨਾਂ ਆਪਣਾ ਖੁਦ ਦਾ ਸਰਟੀਫਿਕੇਟ ਹੋਏਗਾ ਪੇਰੈਂਟਸ ਦਾ ਵੀ ਮੇਰੇ ਸਕੂਲ ਮੇ ਇਹ ਨਾਮ ਹੈ ਅਭੀ ਇਸ ਮੇ ਨੇ, ਕਦੀ ਉਹ ਚੇਂਜ ਹੋ ਸਕਦਾ। ਸੈਕੰਡਲੀ, ਬੱਚਿਆਂ ਦੇ ਚੱਕਰ ਦੇ ਵਿੱਚ ਤੁਸੀਂ ਡੇਟ ਆਫ ਬਰਥ ਵੀ ਚੇਂਜ ਕਰ ਬੈਠੇ ਹੈ, ਪਾਸਪੋਰਟ ਕੁਛ ਜਹਾਂ ਕੁਛ, ਤੁਸੀਂ ਇਹ ਦੇਖੋ ਤੁਸੀਂ ਬੱਚੇ ਦੀ ਜ਼ਿੰਦਗੀ ਪਹਿਲੇ ਦੇਖੇ ਕਰਦੇ ਹੈ, ਆਪਣੀ ਬਾਅਦ 'ਚ ਦੇਖਦੇ ਪਏ ਹੈ। ਹਸਬੈਂਡ ਨੂੰ ਕੁਛ ਹੋ ਗਿਆ ਤੁਹਾਨੂੰ ਪੈਨਸ਼ਨ ਨਹੀਂ ਮਿਲੇਗੀ,
ਕਿਸ ਬੇਸ ਤੇ ਮਿਲੂਗੀ ਤੁਹਾਡੀ ਡੇਟ ਆਫ ਬਰਥ ਵੀ ਮੈਂ ਦੇਖੇ ਚਾਰ ਚਾਰ ਪੰਜ ਪੰਜ ਛੇ ਸਾਲ ਦਾ ਕਰਕੇ ਕਾਗਜ਼ਾਂ 'ਚੋਂ ਸਾਡੇ 2001 ਹੈ, ਇੱਥੇ ਮਿਲ ਰਹੀ 2006 ਜੀ। ਉਹ 'ਚ ਕੀ ਡਾਊਟ ਹੋ ਜਾਂਦਾ ਵੀ ਇੰਨੀ ਕੁ ਦੂਰੀ ਸਾਡੀ ਤਾਂ ਨਹੀਂ ਕਰਾਈਏ? ਹਾਂ ਜੇ ਇੱਕ ਡੇਢ ਸਾਲ ਦਾ ਫਰਕ ਹੋਏ ਚੱਲ ਵੀ ਜਾਏਗਾ, ਇੱਧਰ ਇੰਨਾ ਤਾਂ ਆਪਾਂ ਜਸਟੀਫਾਈ ਕਰ ਸਕਦੇ ਹਾਂ। ਤੋ ਮੇਰੀ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਹੈ, ਬੱਚਿਆਂ ਦੇ ਸੁੱਖ ਦੇ ਵਾਸਤੇ ਆਪ ਦੁੱਖ ਵਿੱਚ ਨਾ ਜਾਓ। ਤੁਹਾਡੇ ਹਸਬੈਂਡ ਹੈ, ਤੁਸੀਂ ਖੁਦ ਹੈ, ਆਪਣੇ ਵਾਸਤੇ ਨੌਕਰੀ ਕੀਤੀ ਹੈ, ਬੱਚਿਆਂ ਵਾਸਤੇ ਨਹੀਂ ਕੀਤੀ ਹੈ। ਮੇਰੇ ਪਾਸ 2001 ਦਾ ਕੇਸ ਇੱਕ ਹੈ, ਉਹਦੀ ਡੇਟ ਆਫ ਬਰਥ ਜੇ ਪਟਿਆਲੇ ਦੇ ਪਾਸ ਦਾ ਆਧਾਰ ਕਾਰਡ ਵਿੱਚ ਪੁੱਛੇ, ਜਦੋਂ ਰਿਟਾਇਰ ਹੋਇਆ ਬੰਦਾ ਮਤਲਬ ਖਤਮ ਹੋਏ ਉਦੋਂ ਪੁੱਛ ਜੀ, ਰੀਮੈਰਿਜ ਕਰਵਾ ਲਈ, ਤੋ ਅੱਜ ਤੱਕ ਨੂੰ ਪੈਨਸ਼ਨ ਲੱਗ ਰਹੀ 18 ਸਾਲ ਹੋ ਗਏ। ਇਸ ਕਰਕੇ ਕੋਈ ਵੀ ਤੁਹਾਨੂੰ ਸਰਕਾਰੀ ਕਾਗਜ਼ ਜੋ ਸਾਡੇ ਕੋਲੋਂ ਮਿਲਿਆ ਹੋਇਆ ਉਸ ਬੇਸ ਤੇ ਆਪਣੇ ਆਪਣੇ ਘਰਵਾਲੀ ਦਾ ਨਾਮ ਜਾਂ ਬੱਚਿਆਂ ਦਾ ਨਾਮ ਜਾਂ ਫਿਰ ਕਿਆ ਬੋਲਦੇ ਆਪਣਾ ਖੁਦ ਦਾ ਡੇਟ ਆਫ ਬਰਥ ਔਰ ਨਾਮ ਚੇਂਜ ਕਰਨੇ ਦੀ ਕੋਸ਼ਿਸ਼ ਮਤ ਕਰਨਾ। ਤੁਸੀਂ ਤਹਿਸੀਲਦਾਰ ਤੋਂ ਜੇ ਤੋਂ ਮਰਜ਼ੀ ਸਰਟੀਫਿਕੇਟ ਲਿਆਓ, ਵੈਲਿਡ ਨਹੀਂ ਹੈ, ਬਿਲਕੁਲ ਵੈਲਿਡ ਨਹੀਂ ਹੈ, ਉਹ ਬੇਸਲੈਸ ਤੇ ਤੁਸੀਂ ਜੋ ਪੈਸੇ ਖਰਚ ਕਰਦੇ ਹੈ, ਔਰ ਨਾ ਹੀ ਕਿ ਐਸੇ ਤੌਰ ਦੇ ਚੱਕਰ ਚ ਪਿਓ ਕਿ ਮੈਂ ਤੁਹਾਡਾ ਕਰਾ ਦਊਂਗਾ, ਮੈਂ ਤੁਹਾਡਾ ਕਰਾ ਦਊਂ, ਕੋਈ ਨਹੀਂ ਕਰਾ ਸਕਦਾ ਇਸ ਤੋਂ। ਤਾਂ ਮੇਰੀ ਇਹੀ ਤੁਹਾਨੂੰ ਜੋ ਵੀ ਅਸੀਂ ਡਾਕੂਮੈਂਟ ਦਿੱਤੇ ਹੋਏ ਪੀਪੀਓ ਜੀ ਨੂੰ ਤੁਸੀਂ ਬੋਲਦੇ, ਉਹਦੇ ਵਿੱਚ ਜੋ ਡੇਟ ਆਫ ਬਰਥ ਹੈ, ਆਪ ਤੁਸੀਂ ਜਿੱਥੇ ਡੇਟ ਆਫ ਬਰਥ ਲਗਾਉਣੀ ਪਹਿਲੇ ਆਪਣੇ ਪੈਨਸ਼ਨ ਡਾਕੂਮੈਂਟ ਦੇਖੋ ਉਹ 'ਚ ਕੀ ਹੈ ਯਾਰ, ਮੇਰਾ ਨਾਮ ਉਹਦੇ ਵਿੱਚ ਕੀ ਹੈ। ਇਸ ਕਰਕੇ ਆਪਣਾ ਫਿਊਚਰ ਜੋ ਹੈ, ਤੁਸੀਂ ਜੋ ਵੀ ਬਿਰਧ ਅਵਸਥਾ ਜਦ ਬੰਦਾ ਜਾਂਦਾ, ਮਤਲਬ ਮੇਰੇ ਕਹਿਣ ਦਾ ਮਤਲਬ ਇੰਨਾ ਵੀ ਤੁਸੀਂ ਆਪਣੇ ਆਪ ਨੂੰ ਹੈਲਪਲੈਸ ਨਾ ਕਰ ਦਿਓ। ਸਿਰਫ ਆਪਾਂ ਬੱਚਿਆਂ ਦਾ ਫਾਇਦਾ ਦੇਖ ਰਹੇ, ਆਪਣਾ ਨਹੀਂ ਦੇਖ ਰਹੇ। ਮੈਂ ਵੀ 2 ਬੱਚਿਆਂ ਦਾ ਬਾਪ ਹੈ, ਪਹਿਲੇ ਆਪਣਾ ਬਾਅਦ 'ਚ ਬੱਚੇ ਆ, 35-35 ਚੱਕਰ ਸਰਵਿਸ ਕਰਕੇ ਆਪਾਂ ਆਪਣੇ ਆਪ ਨੂੰ ਕਿਆ ਬਣਾ ਕੇ ਰੱਖ ਰਹੇ ਹਾਂ। ਤੋ ਇਸ ਕਰਕੇ ਜੋ ਹੈ, ਜਿਸ ਦਾ ਕੋਈ ਐਸੇ 1-2 ਕੇਸ ਹੈ, ਕੋਸ਼ਿਸ਼ ਕਰੂੰਗਾ ਮੈਂ ਕਰਾ ਦੂੰਗਾ, ਅਦਰਵਾਈਜ਼ ਜੋ ਵੀ ਕੰਡੀ ਸਾਹਿਬ ਕੋਈ ਵੀ ਆ ਰਿਹਾ, ਇਹ ਮੇਰੀ ਹੱਥ ਬੰਨ ਕੇ ਇਹਨਾਂ ਕੋਲ ਬੇਨਤੀ ਹੈ ਕਿ ਤੁਸੀਂ ਰੁਲ ਜਾਓਗੇ। ਜੇ ਤੁਹਾਨੂੰ 15-20 ਹਜ਼ਾਰ ਪੈਨਸ਼ਨ ਮਿਲ ਰਹੀ ਹੈ, ਉਹਦੇ ਵਿੱਚ ਬਹੁਤ ਅੱਛਾ ਗੁਜ਼ਾਰਾ ਹੁੰਦਾ ਸਾਰਾ ਕੁਛ, ਘੱਟੋ ਘੱਟ 20 ਹਜ਼ਾਰ ਪੈਨਸ਼ਨ ਹੈ ਅੱਜ ਦੀ ਡੇਟ 'ਚ। ਤੋ ਮੇਰੀ ਇਹੀ ਤੁਹਾਨੂੰ ਬੇਨਤੀ ਹੈ, ਕੋਈ ਵੀ ਸਰਕਾਰੀ ਡਾਕੂਮੈਂਟ CRP ਦੀ ਤਰਫ ਤੋਂ ਆਇਆ ਹੋਇਆ ਉਹਨੂੰ ਚੇਂਜ ਕਰਨੇ ਦੀ ਕੋਸ਼ਿਸ਼ ਨਹੀਂ ਕਰਨਾ। ਜਦੋਂ ਵੀ ਤੁਹਾਨੂੰ ਇਸੇ ਜ਼ਰੂਰਤ ਹੈ, ਪਲੀਜ਼ ਇੱਥੇ ਆ ਕੇ ਕੰਸਲਟ ਕਰ ਲਓ ਕਿ ਸਾਨੂੰ ਆਹ ਪ੍ਰੋਬਲਮ ਹੀ ਆ। ਸਤਿ ਸ਼੍ਰੀ ਅਕਾਲ।